ਪੰਜਾਬ ਦੇ ਵਿੱਚ ਆਏ ਨਵੇਂ ਫੈਸਲੇ ਨੂੰ ਲੈ ਕੇ ਬਿਲਡਰਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਸਮੱਸਿਆ ਖੜੀ ਹੁੰਦੀ ਦਿਖ ਰਹੀ ਹੈ ਤੇ ਨਾਲ ਹੀ ਕਹਿ ਸਕਦੇ ਹਾਂ ਕਿ ਆਖਰ ਜਿਹੜੀ ਮੋਟੀ ਚਾਂਦੀ ਕੁੱਟ ਲਈ ਤਾਂ ਉਹ ਤੇ ਵੀ ਸੰਕਟ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਇਹ ਮੈਂ ਤੁਹਾਨੂੰ ਤਾਂ ਦੱਸ ਰਹੇ ਹਾਂ ਕਿਉਂਕਿ ਜਗਬਾਣੀ ਨੇ ਇੱਕ ਖਬਰ ਪ੍ਰਕਾਸ਼ਿਤ ਕਰੀ ਹੈ ਜਿਸ 'ਚ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਇੱਕ ਨਵੇਂ ਫੈਸਲੇ ਨਾਲ ਬਹੁਤ ਸਾਰੇ ਬਿਲਡਰਾਂ ਤੇ ਪ੍ਰਮੋਟਰਾਂ ਇੱਕ ਵੱਡੀ ਸਮੱਸਿਆ 'ਚ ਘਿਰ ਗਏ ਹਨ। ਨਵੇਂ ਫੈਸਲੇ ਅਨੁਸਾਰ ਹੁਣ ਕੋਈ ਵੀ ਬਿਲਡਰ ਜਾਂ ਪ੍ਰਮੋਟਰ ਇੱਕ ਪਲਾਟ 'ਤੇ ਕਈ ਮੰਜ਼ਿਲਾਂ ਨਹੀਂ ਬਣਾ ਸਕਦਾ। ਬਿਲਡਰ ਅਤੇ ਪ੍ਰਮੋਟਰ ਇੱਕ ਪਲਾਟ 'ਤੇ ਬਣਾਇਆ ਵੱਖ ਵੱਖ ਮੰਜ਼ਿਲਾਂ ਨੂੰ ਹੁਣ ਕਿਸੇ ਰਿਹਾਇਸ਼ ਖੇਤਰ 'ਚ ਵੱਖਰੇ ਤੌਰ 'ਤੇ ਵੇਚ ਨਹੀਂ ਸਕਣਗੇ। ਸੂਬਾ ਸਰਕਾਰ ਨੇ ਫਲੋਰ ਬਣਾ ਕੇ ਵੇਚ ਜਾਂ ਵੇਚੇ ਜਾਣ ਵਾਲੇ ਫਲੈਟਾਂ ਦੀ ਰਜਿਸਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸੰਬੰਧ ਵਿੱਚ ਲੋਕਲ ਬਾਡੀਜ਼ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਦੇ ਧਿਆਨ 'ਚ ਆਇਆ ਸੀ ਕਿ ਬਹੁਤ ਸਾਰੇ ਬਿਲਡਰ ਅਤੇ ਪ੍ਰਮੋਟਰ ਆਪਣੀ ਕਲੋਨੀ ਕੱਟ ਕੇ ਉਸ 'ਚ ਪਹਿਲਾਂ ਤਾਂ ਪਲਾਟ ਵੇਚ ਲੈਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਦੀ ਥਾਂ ਵੱਖ ਵੱਖ ਮੰਜ਼ਿਲਾਂ 'ਤੇ ਫਲੈਟ ਬਣਾ ਕੇ ਉਹਨਾਂ ਦੀ ਵਿਕਰੀ ਕਰ ਲੈਂਦੇ ਨੇ। ਇਸ ਕਰਕੇ ਸਰਕਾਰ ਨੂੰ ਮਾਲੀਏ ਦਾ ਕਾਫੀ ਨੁਕਸਾਨ ਹੁੰਦਾ ਸੀ। ਬਹੁਤ ਸਾਰੇ ਬਿਲਡਰ ਅਤੇ ਪ੍ਰਮੋਟਰ ਇਸ ਮਸਲੇ 'ਚ ਆਪਣਾ ਸਰਮਾਇਆ ਖੋ ਬੈਠੇ ਹਨ ਅਤੇ ਹੁਣ ਉਹਨਾਂ ਦੀ ਹਾਲਤ ਅਜਿਹੀ ਹੈ ਕਿ ਉਹਨਾਂ ਦਾ ਹੱਥ ਪਿੱਛੇ ਖਿੱਚ ਸਕਦੇ ਹਨ ਅਤੇ ਨਾ ਹੀ ਕਾਨੂੰਨ ਦੀ ਉਲੰਘਣਾ ਕਰ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਜਿਹਾ ਹੀ ਨਿਯਮ ਅਪਣਾਇਆ ਗਿਆ ਹੈ। ਪੰਜਾਬ ਸਰਕਾਰ ਨੇ ਵੀ ਚੰਡੀਗੜ੍ਹ ਦੀ ਤਰਜ਼ 'ਤੇ ਇਹ ਨਵਾਂ ਨਿਯਮ ਅਪਣਾਇਆ ਹੈ। ਦੂਜੇ ਪਾਸੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ 'ਚ ਅਜਿਹਾ ਨਹੀਂ ਹੈ। ਉੱਥੇ ਵੱਖ ਵੱਖ ਮੰਜ਼ਿਲਾਂ ਵੇਚੀਆਂ ਜਾਂਦੀਆਂ ਸਕਦੀਆਂ ਹਨ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਦੇ ਨਾਲ ਹੀ ਹਰੇਕ ਜ਼ਿਲ੍ਹੇ ਤੋਂ ਇਹ ਵੀ ਵੇਰਵੇ ਮੰਗੇ ਗਏ ਨੇ ਕਿ ਅਜਿਹੇ ਕਿੰਨੇ ਉਤਪਾਦ ਹਨ ਜਿਨ੍ਹਾਂ ਨੇ ਫਲੈਟ ਵਾਈਜ਼ ਫਲੈਟ ਬਣਾਏ ਹਨ। ਇਹ ਜਾਣਕਾਰੀ 7 ਦਿਨ ਦੇ ਅੰਦਰ ਦੇਣੀ ਹੋਵੇਗੀ। ਇਸ ਦੇ ਨਾਲ ਹੀ ਸਬ ਰਜਿਸਟਰਾਰ ਨੂੰ ਪ੍ਰੋਜੈਕਟਾਂ ਦੇ ਨਾਵਾਂ ਵਾਲੀ ਰਜਿਸਟਰੀ ਬੰਦ ਕਰਨ ਲਈ ਕਿਹਾ ਹੈ ਅਤੇ ਜੋ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਤਾਂ ਕਿ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ। ਪੱਤਰ 'ਚ ਕਿਹਾ ਗਿਆ ਹੈ ਕਿ ਦੇਖਣ 'ਚ ਆਇਆ ਕਿ ਲੋਕਾਂ ਵੱਲੋਂ ਨਿੱਜੀ ਰਿਹਾਇਸ਼ ਇਮਾਰਤਾਂ ਦੀਆਂ ਯੋਜਨਾਵਾਂ ਪਾਸ ਕਰਵਾ ਕੇ ਉਹਨਾਂ ਨੂੰ ਪਲਾਟ ਅਤੇ ਫਲੈਟਾਂ ਵਾਂਗ ਵੇਚਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਸ ਨਾਲ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਨਾਲ ਹੀ ਇਹ ਬਿਲਡਿੰਗ ਨਿਯਮਾਂ ਦੀ ਉਲੰਘਣਾ ਹੈ। ਫਲੋਰ ਬਣਾਉਣ 'ਚ ਉਸਾਰੀ ਸਮੱਗਰੀ ਦੀ ਵੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ, ਇਸੇ ਲਈ ਅਜਿਹੀਆਂ ਮੰਜ਼ਿਲਾਂ ਦੀ ਰਜਿਸਟਰੀ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਸਥਾਨਕ ਬਿਵਾਰਾ ਵਿਭਾਗ ਨੇ ਟਾਊਨ ਪਲਾਨਰ ਵੱਲੋਂ ਜਾਰੀ ਪੱਤਰ 'ਚ ਕਿਹਾ ਹੈ ਕਿ ਸਰਕਾਰ ਦੇ ਧਿਆਨ 'ਚ ਆਇਆ ਕਿ ਕੁਝ ਬਿਲਡਰਾਂ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਅਧੀਨ ਕਲੋਨੀ ਵਿਕਸਿਤ ਕਰਨ ਲਈ ਲਾਇਸੈਂਸ ਲੈਣ ਤੋਂ ਬਾਅਦ ਪੰਜਾਬ ਮਿਊਂਸੀਪਲ ਐਕਟ 1971 ਪੰਜਾਬ ਮਿਊਂਸੀਪਲ ਐਕਟ 1976 ਅਧੀਨ ਟਾਊਨ ਪਲਾਨਿੰਗ ਸਕੀਮ ਲਈ ਪ੍ਰਵਾਨਗੀ ਲਈ ਜਾਂਦੀ ਹੈ। ਇੱਥੇ ਇਹ ਗੱਲ ਖਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਮੋਹਾਲੀ 'ਚ ਬਿਲਡਰਾਂ ਸ਼ੇਅਰ ਵਜੋਂ ਕੋਠੀਆਂ ਜਾਂ ਪਲਾਟਾਂ ਦਾ ਕੁਝ ਹਿੱਸਾ ਵੇਚ ਸਕਦਾ ਸੀ। ਇਸ ਦੀ ਆੜ 'ਚ ਵੱਖ ਵੱਖ ਮੰਜ਼ਿਲਾਂ ਵੇਚੀਆਂ ਜਾ ਸਕਦੀਆਂ ਸਨ। ਮੌਜੂਦਾ ਸਮੇਂ ਅਨੁਸਾਰ ਜਿਸ ਦੀ ਬਿੰਦ ਜਾਂ ਪ੍ਰਮੋਟਰ ਦਾ ਜੋ ਵੀ ਨਕਸ਼ਾ ਪਾਸ ਹੋਵੇਗਾ ਉਹ ਉਸੇ ਚੀਜ਼ ਨੂੰ ਵੇਚ ਸਕੇਗਾ। ਕਹਿ ਸਕਦੇ ਹਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਬਹੁਤ ਸਾਰੇ ਬਿਲਡਰਾਂ ਦੀ ਪ੍ਰਮੋਟਰਾਂ ਦੀ ਨੀਂਦ ਉੱਡ ਗਈ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਟ੍ਰਾਈ ਸਿਟੀ ਦੇ ਵਿੱਚ ਖਾਸ ਤੌਰ 'ਤੇ ਜੇ ਕਹੀਏ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਪੈਂਦਾ ਵੱਡੇ ਤੌਰ 'ਤੇ ਬਿਲਡਰ ਨੇ ਜਿਹੜੇ ਚਾਂਦੀ ਕੁੱਟ ਰਹੇ ਨੇ, ਪਰ ਹੁਣ ਸੰਕਟ ਦੇ ਬੱਦਲ ਮੰਡਰਾਉਂਦੇ ਦਿਖ ਰਹੇ ਨੇ ਕਿਉਂਕਿ ਇਹਦੇ ਵਿੱਚ ਸਰਕਾਰ ਦੇ ਵੱਲੋਂ ਇੱਕ ਜੋ ਖਾਸਾ ਜ਼ਾਹਰ ਕਰਿਆ ਗਿਆ ਕਿ ਮਟੀਰੀਅਲ ਵੀ ਘਟੀਆ ਲਾਉਂਦੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿਉਂਕਿ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਅੱਜ ਵੀ ਲੋਕ ਪਿੱਟਦੇ ਨਜ਼ਰ ਆਉਂਦੇ ਨੇ।